आप सभी का यूनाइटेड सिख मिशन की इस प्रेस कॉन्फ्रेंस में बहुत बहुत स्वागत है। ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਜਿਹੜਾ ਵੀ ਕੰਮ ਕੀਤਾ ਜਾਂਦਾ ਹੈ ਉਸ ਨੂੰ ਸੇਵਾ ਕਿਹਾ ਜਾਂਦਾ ਹੈ। ਸੇਵਾ ਨੂੰ ਚਲਾਉਣ ਲਈ ਸਾਧਨਾ ਦੀ ਜ਼ਰੂਰਤ ਹੁੰਦੀ ਹੈ। ਉਹ ਲੋਕ ਜਿਹੜੇ ਆਪਣੇ ਹੱਟ ਭੰਨਵੀਂ ਕਮਾਈ ਤੋਂ ਆਪਣੇ ਟੱਬਰ ਦੀਆਂ ਲੋੜਾਂ ਪੂਰੀਆਂ ਕਰਕੇ ਬਚਦੇ ਹੋਏ ਨੂੰ ਦਸਵੰਧ ਦਿੰਦੇ ਹਨ ਉਹ ਸਾਧਨ ਬਣ ਜਾਂਦੇ ਹਨ। ਮੈਂ ਅਕੇਲਾ ਹੀ ਚਲਾ ਥਾ, ਲੋਕ ਸਾਥ ਮਿਲਤੇ ਗਏ ਔਰ ਕਾਰਵਾ ਬਣਤਾ ਗਿਆ। ਸੋ ਰਾਜਵਾਸੀ ਦੀ ਐਫਰਟ ਇਹਨਾਂ ਨੇ ਸਟਾਰਟ ਕੀਤਾ, ਇੱਕ ਕੈਂਪ ਫਿਰ ਤਿੰਨ ਹੋਏ, ਫਿਰ ਅੱਗੇ ਹੋਰ ਵਧੇ ਅਤੇ ਇਸ ਵੇਲੇ 600 ਕੈਂਪ ਦਾ ਟੀਚਾ ਜਿਹੜਾ ਅਸੀਂ ਪਾਰ ਕਰ ਲਿਆ। ਸੰਗਤ ਨਿਰੀਖਸ਼ਕ ਅਤੇ ਸਿੱਖਾਂ ਦੀ ਮੰਗ ਸੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੀ, ਕਿਉਂਕਿ ਬਿਲਕੁਲ ਬਾਰਡਰ ਦੇ ਨਾਲ ਲੱਗਦਾ ਹੈ ਅਤੇ ਉੱਥੇ ਜਿਵੇਂ ਕਿ ਹੋਰ ਵੀ ਕਈ ਥਾਵਾਂ ਨੇ ਭਾਰਤ ਵਿੱਚ ਜਿੱਥੇ ਕਿ ਬੰਗਲਾਦੇਸ਼ ਤੋਂ ਆ ਕੇ 9 ਗਜ਼ ਜ਼ਮੀਨ ਇੱਕ ਜਗ੍ਹਾ ਹੈਗੀ ਹੈ ਬੰਗਲਾਦੇਸ਼ ਦੇ ਬਾਰਡਰ ਦੇ ਇੰਡੀਆ ਦੇ ਵਿੱਚ ਜਿੱਥੇ ਕਿ ਆ ਕੇ ਆਪਣਾ ਪ੍ਰੋਗਰਾਮ ਕਰਦੇ ਨੇ। ਇਹ ਜਿਹੜੀ ਮੰਗ ਸੀ ਵਿਸ਼ਵ ਭਰ ਦੇ ਸਿੱਖਾਂ ਦੀ ਯੂਨਾਈਟਿਡ ਸਿੱਖ ਮਿਸ਼ਨ ਰਾਹੀਂ 9 ਨਵੰਬਰ 2019 ਨੂੰ ਪੂਰੀ ਹੋਈ ਅਤੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਉਸਦਾ ਉਦਘਾਟਨ ਕੀਤਾ। ਕੋਈ ਵੀ ਆਵੇ ਸਾਡੇ ਕੈਂਪਾਂ ਵਿੱਚ, ਚਾਹੇ ਉਹ ਵੱਡੀ ਫੈਮਿਲੀ ਆ, ਰਿਚ ਫੈਮਿਲੀ ਆ, ਪੂਰ ਫੈਮਿਲੀ ਜਦੋਂ ਵੀ ਹੈਗੀ ਆ, ਹਰੇਕ ਦਾ ਇਲਾਜ ਕੀਤਾ ਜਾਂਦਾ। ਕੋਈ ਧਰਮ ਜਾਤ ਪਾਤ ਸਭ ਤੋਂ ਉੱਪਰ ਉੱਠ ਕੇ ਵਿੱਦਿਆ ਦੇ ਖੇਤਰ ਦੇ ਵਿੱਚ ਵੀ ਅਗਰ ਕੋਈ ਬੱਚਾ ਆਪਣੀ ਫੀਸ ਨਹੀਂ ਦੇ ਸਕਦਾ ਉਹਦੇ ਸੰਬੰਧ ਵਿੱਚ ਵੀ ਕਾਰਜ ਕੀਤੇ ਜਾਂਦੇ ਆ। ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਬਾਂਹ ਟੁੱਟ ਗਈ, ਕਿਸੇ ਤਰ੍ਹਾਂ ਦੀਆਂ ਕੋਈ ਵੀ ਲੋੜਵੰਦ ਆਉਂਦਾ ਆ ਉਹਦੇ ਤਰ੍ਹਾਂ ਸੇਵਾ ਕੀਤੀ ਜਾਂਦੀ ਆ। ਅਸੀਂ ਬਹੁਤ ਛੇਤੀ ਇੱਕ ਸੈਂਟਰ ਬਣਾਉਣ ਜਾ ਰਹੇ ਹਾਂ ਜਿਹਦੇ ਵਿੱਚ ਗਰੀਬ ਘਰਾਂ ਤੋਂ IQ ਚੱਕ ਕੇ ਉਹਨਾਂ ਨੂੰ ਇਸ ਲੈਵਲ 'ਤੇ ਲਿਆਂਦਾ ਜਾਵੇ ਕਿ ਉਹ ਆਪਣੇ ਸਟੇਟ ਦੀ ਸੇਵਾ ਕਰ ਸਕਣ। ਉਹਦੇ ਲਈ ਸਾਨੂੰ ਤਿਆਰੀ ਬਹੁਤ ਜ਼ਰੂਰਤ ਹੈ, ਕਿਉਂਕਿ ਅਸੀਂ ਇਕੱਲੇ ਇਹ ਕੰਮ ਨਹੀਂ ਕਰ ਸਕਦੇ। ਚੰਗਾ IQ ਚੱਕਣਾ ਕਿੱਥੋਂ ਮਿਲੇਗਾ, ਕਿਸ ਤਰ੍ਹਾਂ ਮਿਲੇਗਾ, ਉਹਦੇ ਲਈ ਵੀ ਸਾਡਾ ਸਹਿਯੋਗ ਦਿਓ। ਧੰਨਵਾਦ। ਹੋ ਸਕਤਾ ਹੈ ਕਿ ਮੈਂ ਇੱਕ ਉਮਰ ਇੱਕ ਕੜੀ ਮੈਂ ਹੂੰ, ਕਿਉਂਕਿ ਇਨਕੇ ਬਾਅਦ ਇੱਕ ਕੜੀ ਮੁਝੇ ਸਮਝ ਮੇਂ ਆਈ ਹੈ ਔਰ ਮੇਰੇ ਬਾਅਦ ਅਗਲੀ ਪੀੜ੍ਹੀ ਕੋ ਸ਼ਾਇਦ ਸਮਝ ਮੇਂ ਆਏ, ਲੇਕਿਨ ਉਸਕੇ ਲਈ ਕਿਸੀ ਕੋ ਤੋ ਕੜੀ ਬਣਨਾ ਪੜੇਗਾ ਔਰ ਯੇ ਕਾਮ ਮੇਰੇ ਜੈਸੇ ਅਕੇਲੇ ਆਦਮੀ ਸੇ ਨਹੀਂ ਹੋਗਾ। ਇਸਕੇ ਲੀਏ ਮੁਝੇ ਔਰ ਹਮ ਸਭ ਕੋ ਬਹੁਤ ਲੋਕੋਂ ਕੀ ਜ਼ਰੂਰਤ ਹੋਗੀ। ਤੋ ਖਾਲਸਾ ਹੈਲਥ ਸੈਂਟਰ ਬਣ ਰਹਾ ਹੈ, ਜਿਸਕੇ ਪਾਸ ਥੋੜ੍ਹਾ ਵੀ ਵਕਤ ਹੈ, ਜਿਸਕੇ ਪਾਸ ਆਈ ਕੈਂਪਸ ਮੇਂ ਜਾਣੇ ਕਾ ਵਕਤ ਹੈ, ਆਪ ਜਾਏ ਵਿਜ਼ਿਟ ਕਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਸ਼ਪਾਲ ਸਿੰਘ ਖਾਲਸਾ, ਫਾਊਂਡਰ ਯੂਨਾਈਟਿਡ ਸਿੱਖ ਮਿਸ਼ਨ। ਅਸੀਂ ਪੰਜਾਬ ਦੇ ਵਿੱਚ ਤਿੰਨ ਮੇਜਰ ਕੰਮ ਲੈ ਕੇ ਹੁਣ ਤੁਰੇ ਹਾਂ। ਇੱਕ ਤਾਂ ਸੋਲਰ ਦਾ ਸੀ ਜਿਹੜਾ 25 ਸਾਲ ਲਗਾਤਾਰ ਚੱਲਦਾ ਰਹੇਗਾ। ਦੂਸਰਾ ਆਈ ਕੈਂਪ ਆ, ਜਿਹੜੇ ਇਹ ਸਦਾ ਹੀ ਤਾ ਜ਼ਿੰਦਗੀ ਤੱਕ ਜਿਹੜੇ ਆ ਉਹ ਚੱਲਦੇ ਰਹਿਣਗੇ, ਕਿਉਂਕਿ ਉਹ ਲੋੜਵੰਦ ਲੋਕਾਂ ਨੂੰ ਸਹਾਰਾ ਦੇਣ ਲਈ ਇਹਨਾਂ ਸੰਸਥਾਵਾਂ ਦੀ ਜ਼ਰੂਰਤ ਹੈ ਜਿਹੜੀ ਯੂਨਾਈਟਿਡ ਸਿੱਖ ਮਿਸ਼ਨ ਕੰਮ ਕਰ ਰਹੀ ਹੈ। ਤੀਸਰਾ ਪਰਮਾਨੈਂਟ ਕਲੂਏ ਦਾ ਜਿਹੜਾ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਕੀਤਾ ਖਾਲਸਾ ਹੈਲਥ ਸੈਂਟਰ, ਇਹ ਸਦਾ ਹੀ ਉਹਨਾਂ ਲੋਕਾਂ ਦੀ ਘਰ ਪਹੁੰਚ ਕੇ ਸੇਵਾ ਕਰੇਗਾ ਜਿਨ੍ਹਾਂ ਨੂੰ ਇਹਨਾਂ ਦੀ ਲੋੜ ਹੈ। ਸਮੇਂ ਦੇ ਨਾਲ ਅਸੀਂ ਹੌਲੀ ਹੌਲੀ ਪੰਜਾਬ ਦੇ ਵੱਖ ਵੱਖ ਡਿਸਟ੍ਰਿਕਟ 'ਚ ਇੱਕ ਇੱਕ ਸੈਂਟਰ ਬਣਾਵਾਂਗੇ ਤਾਂ ਜੋ ਲੋਕਾਂ ਨੂੰ ਬਾਹਲਾ ਦੂਰ ਨਾ ਜਾਣਾ ਪਵੇ, ਉੱਥੇ ਆਪਣੀ ਆਪਣੀ ਜਿਹੜੀ ਆ ਉਹ ਸਿਹਤ ਸੇਵਾਵਾਂ ਲੈ ਸਕਣ।